ਤੁਸੀਂ ਵੇਖ ਰਹੇ ਹੋ ਟੀਵੀ ਭਾਰਤ। ਮੈਂ ਤੁਹਾਡੇ ਨਾਲ ਮੱਖਣ ਸਿੰਘ ਲੌਂਗੋਵਾਲ। ਇਸ ਸਮੇਂ ਦੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਸੂਬੇ ਵਿੱਚ ਝੋਨੇ ਦੇ ਸੀਜ਼ਨ ਲਈ ਅੱਜ 6 ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਗਿਆ। ਇਸ ਦੌਰਾਨ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮਾਨਸਾ ਅਤੇ ਬਠਿੰਡਾ ਨੂੰ ਨਹਿਰੀ ਪਾਣੀ ਮਿਲਿਆ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ, ਜਦੋਂ ਕਿ ਪਿਛਲੇ ਸਾਲ ਮਾਲਵੇ ਵਿੱਚ ਝੋਨੇ ਦੀ ਲਵਾਈ 16 ਜੂਨ ਤੋਂ ਸ਼ੁਰੂ ਹੋਈ ਸੀ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ 15 ਜੂਨ ਤੋਂ ਤੈਅ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ 9 ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਆਖਰੀ ਪੜਾਅ 21 ਜੂਨ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਆਖਿਆ ਗਿਆ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮਿਲੇਗੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਵਾਅਦਿਆਂ ਮੁਤਾਬਕ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਕਿਸਾਨ ਪੋਲ ਖੋਲ੍ਹ ਰਹੇ ਨੇ ਅਤੇ ਸਰਕਾਰ 'ਤੇ ਤੰਜ ਕੱਸ ਰਹੇ ਨੇ। ਬਾਈ ਜੀ, ਝੋਨੇ ਦੀ ਲਵਾਈ ਅੱਜ 11 ਤਰੀਕ ਹੈ, ਸ਼ੁਰੂ ਕਰੀ ਹੈ ਸਟਾਰਟਿੰਗ। ਕਹਿੰਦੇ ਸਰਕਾਰ ਕਹਿੰਦੇ ਨਹਿਰੀ ਪਾਣੀ ਦੇ ਨਾਲ ਝੋਨਾ ਲਵਾਇਆ ਜਾਊਗਾ, ਠੀਕ ਹੈ ਜੀ। ਨਾ ਤਾਂ ਨਹਿਰ ਦੇ ਵਿੱਚ ਪਾਣੀ ਹੈ, ਠੀਕ ਹੈ, ਨਾ ਲਾਈਟ ਮੋਟਰ ਵਾਲੀ ਦੇ ਰਹੇ। 8 ਘੰਟੇ ਦੀ ਵਾਰੀ ਜਾ ਕੇ ਆਪਣੇ ਕਹਿਣਾ ਸੀ, ਬੁਰਾ ਹਾਲ ਆ। 3 ਘੰਟੇ ਲਾਈਟ ਵਾਰੀ ਜਾਂਦਾ, ਮੂੰਗੀਆਂ ਦਾ ਬੁਰਾ ਹਾਲ ਆ, ਮੱਕੀਆਂ ਦਾ ਬੁਰਾ ਹਾਲ ਆ, ਠੀਕ ਹੈ, ਸਾਰੇ ਕਾਇਦਾ ਸਰਕਾਰ ਦਾ ਹੀ ਬੁਰਾ ਹਾਲ ਹੋ ਗਿਆ ਬਾਈ ਜੀ। ਜਮਾਂ ਨਿਰਭਰ ਜਿੰਨੇ ਦੇਖਦੇ ਆ, ਭਾਈਆਂ ਨੂੰ ਇੱਕ ਪਲਾਟ ਤਿਆਰ ਕਰਦੇ ਆ, ਵਿਚਾਰੇ ਰੋਟੀ ਖਾ ਲੈਂਦੇ ਆ, ਬਹਿ ਜਾਂਦੇ, ਲਾ ਦਿੰਦੇ ਆ, ਅਤੇ ਟਾਈਮ ਪੂਰਾ ਤਿਆਰ ਨਹੀਂ ਹੋ ਰਿਹਾ, ਕੱਦੂ ਤਿਆਰ ਨਹੀਂ ਹੋ ਰਿਹਾ। ਅੱਜ ਦੇ ਦਿਨ ਦੀ ਗੱਲ ਹੀ ਆ, ਆਹ ਦਿਨ ਤੁਹਾਡੇ ਸਾਹਮਣੇ ਤੜਕੇ ਦੇ ਹੁਣ ਲਾਉਣ ਲੱਗੇ ਨੇ। ਟਾਈਮ ਦੇਖ ਲਓ ਕੀ ਹੋ ਗਿਆ, ਲੋਕ ਕਹਿ ਰਿਹਾ ਸ਼ਾਮ ਤੱਕ ਮਸਾਂ। ਪਾਣੀ ਕਿੱਥੋਂ ਪੂਰਾ ਕਰ ਰਹੇ ਹਾਂ? ਪਾਣੀ ਬਾਈ ਜੀ ਬਸ ਕੀ ਬੁਰਾ ਹਾਲ ਆ, ਜਨਰੇਟਰ ਜੂਟਰ ਲਾ ਰਿਹਾ ਜੀ। ਹਾਂਜੀ, ਅਤੇ ਕੋਈ ਨਹੀਂ, 6-7 ਘਰਾਂ ਦੀਆਂ ਮੋਟਰਾਂ ਪੁੱਛ ਕੇ 3 ਘੰਟਾ ਜਾਂ ਡੂਢ ਕੇ ਲੱਭ ਰਿਹਾ ਜੀ, ਕਿੱਦੂ ਬੁਰਾ ਹਾਲ ਤੱਕ। ਲਾਈਟ 3 ਘੰਟੇ ਆਈ ਹੈ ਜੀ, ਅੱਜ 3 ਘੰਟਿਆਂ ਤੋਂ ਵੱਧ ਦਿੱਤੀ ਨਹੀਂ ਜੀ। ਆਹ 2 ਕਿਆਰੇ ਭਰਿਆ ਜੀ ਬਸ, ਆਹ ਤੁਹਾਡੇ ਸਾਹਮਣੇ ਹੀ ਹੈ। ਅੱਛਾ, ਲੇਬਰ ਲੱਗੀ ਹੋਈ ਹੈ, ਕੀ ਲੇਬਰ ਦਾ ਵੀ ਦਿਹਾੜੀ ਜਿਹੜੀ ਪੈ ਰਹੀ ਹੈ? ਲੇਬਰ ਦੀ ਹੋਰ ਜੀ ਦਿਹਾੜੀ ਪੈ ਰਹੀ ਹੈ ਜੀ। ਹੁਣ ਦੇਖ ਅਸੀਂ ਪੱਲਿਓਂ ਕਿੱਥੇ ਦੇਵਾਂਗੇ ਇਹਨਾਂ ਨੂੰ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਮੰਗਦੇ ਹਾਂ ਜੀ 12 ਘੰਟੇ ਲਾਈਟ ਦੇਣ ਜੀ, ਫਿਰ ਪੂਰਾ ਆਊਗਾ ਜੀ। ਹਮਲੋਕ 16 ਆਦਮੀ ਹੈ, 16 ਆਦਮੀ ਮੈਂ ਹਮਲੋਕ ਕੋ 6 ਕਿਲਾ ਕੇ ਲਮਸਮ ਹੋਣਾ ਚਾਹੀਏ, ਲੇਕਿਨ 2 ਹੀ ਕਿਲਾ 2.5 ਕਿਲਾ ਮਿਲਤਾ ਹੈ, ਪਾਣੀ ਦਿਨ ਕਾ ਪਾਣੀ ਨਹੀਂ ਮਿਲਤਾ ਹੈ। ਹਮਲੋਕ ਵੈਸੇ ਮਜ਼ਦੂਰੀ ਉਤਨਾ ਪੂਰਾ ਨਹੀਂ ਹੋ ਰਹਾ ਹੈ।